ਆਹ ਖਾ ਤਾਂ ਇੰਨਾ ਭਾਰਾ ਪੈਕਟ ਇਹਨਾਂ ਦਾ, ਮਾਰਚ ਆ ਪਤਾ ਨਹੀਂ ਕਿਹੜਾ ਹੈ। ਤੇਲ ਪਾਤਾ ਵਾ ਅਤੇ ਪਾਣੀ ਫੱਟੀ ਤਾਂ ਨਹੀਂ ਆਉਂਦੇ, ਠੀਕ ਆ, ਔਰ ਠੰਡ ਵੀ ਠੀਕ ਆ। ਇਹ ਭਰ ਚੱਲੀ ਦੋ ਕਿਨਾਲ ਅਤੇ ਆਪਣੀ ਰੇਹੜੀ ਵੀ ਹਜੇ ਧੁੱਪੇ ਹੀ ਖੜ੍ਹੀ ਆ। ਰੋਲਿਆਂ ਦੇ ਵਿੱਚ ਨਾ ਇੱਦਾਂ ਦਾ ਕੰਮ ਬੜਾ ਖਰਾਬ ਹੁੰਦਾ ਵਾ। ਲਾਉਣ ਲੱਗੇ ਆ ਅਤੇ ਮੈਂ ਰੇਹੜੀ ਲੈ ਚੱਲਣਾ, ਉਹ ਕਹਿੰਦੇ ਜਾ ਕੇ ਪੱਠੇ ਪੁੱਠੇ ਪਤਲਾ, ਅਤੇ ਮੈਂ ਪਾਣੀ ਲਾ ਕੇ ਆ ਜਾਂਦਾ ਵਾ। ਅਤੇ ਮੈਂ ਆਪਣੇ ਵਲੋਗ ਸ਼ੁਰੂ ਕਰਦੇ ਹਾਂ, ਮੱਝਾਂ ਵੀ ਆ ਗਈਆਂ ਸਾਹਮਣੇ ਦੇਖ ਲਓ, ਅਤੇ ਗੋਹਾ ਲਾ ਕੇ ਰੇਹੜੀ ਉਹ ਖਿਲਾਰਤੀ ਆ, ਅਤੇ ਮੈਂ ਆਇਆ ਟੋਕਾ ਅਤੇ ਉਹ ਦੂਜੀ ਪੱਲੀ ਲਿਆਉਣ, ਕਮਾਦ ਵੱਢਣਾ ਵਾ। ਅਲੀ ਬਾਈ ਸਾਹਮਣੇ ਉਹ ਪੱਠੇ ਵੱਢਣ ਦਿਆ ਵਾ, ਫਿਰ ਦੇਖਦਾ ਮੈਨੂੰ ਤਾਂ ਨਹੀਂ ਕਹਿ, ਉਹ ਸਾਹਮਣੇ ਵੱਢਣ ਦਿਆ ਵਾ। ਅਤੇ ਸਵੇਰੇ ਟੂਲ ਚਲਾਇਆ ਸੀ, 5:30 ਵਜੇ ਆ ਕੇ ਨਾ ਟੂਲ ਚਲਾਤਾ ਸੀ, ਜਿੰਨੇ ਕੁ ਵਜੇ ਕੱਲ੍ਹ ਚਲਾਇਆ ਸੀ ਨਾ ਉੱਨੇ ਕੁ ਵਜੇ ਅੱਜ ਚਲਾਤਾ ਸੀਗਾ। ਕਮਾਦ ਭਾਨੇ ਆ ਅਤੇ ਇੱਕ ਕੈਨ ਮੈਂ ਪਹਿਲਾਂ ਤੇਲ ਦਾ ਲੈ ਕੇ ਆਇਆ ਸੀ, ਉਹ ਪਾਤਾ, ਇੱਕ ਆ ਹੁਣ ਮੈਂ ਲੈ ਕੇ ਆਇਆ ਵਾਂ, ਰੇਹੜੀ ਹੁਣ ਲੈ ਕੇ ਆਇਆ ਨਾ, ਅਤੇ ਇਸ ਕਰਕੇ ਹਲੀ ਵੀ ਕਹਿੰਦਾ ਰੇਹੜੀ ਉਹ ਲੈ ਕੇ ਆਊਂਗਾ ਨਾ, ਉਦੋਂ ਕੈਨ ਲਿਆ ਸੀ ਇੱਕ ਤੇਲ ਦਾ ਹੋਰ, ਅਤੇ ਉਹ ਮੈਂ ਲਿਆ ਵਾਂ। ਅਤੇ ਟੂਲ ਸਵੇਰੇ 'ਚ ਲਾਇਆ ਸੀ, ਅੱਬੂ ਹੁਣ ਪਾਣੀ ਲਾਉਂਦੇ ਹਲੀ ਵੀ ਵੱਢਣ ਦਿਆ ਪੱਠੇ, ਅਤੇ ਮੈਂ ਹੁਣ ਉਹ ਕਮਾਦ ਵੱਢਣ ਵਾਲੀ ਵੀ ਕਹਿੰਦਾ ਰੇਹੜੀ 'ਤੇ ਸੇਮਾਂ ਜੀ ਖਿਲਾਰ ਲੱਗ ਗਏ, ਕੱਲ੍ਹ ਆਪਾਂ ਰੋਣੀ ਕਰਤੀ ਸਾਰਿਆਂ ਦੀ, ਅਤੇ ਹੁਣ ਮਿਲਦਾ ਕਮਾਦ ਵੱਢ ਕੇ। ਭਰੀ ਵੱਢ ਦਿੱਤੀ ਹੈ ਅਤੇ ਆਹ ਸਾਹਮਣੇ ਜਿਹੜੀ ਆਪਣੀ ਕਣਕ ਆ ਨਾ, ਆਹ ਟੂਬਲ ਦੇ ਸਾਹਮਣੇ ਜਿਹੜੀ ਆਪਣੀ ਦਿਖਾਉਂਦੇ ਜੀ ਦੁਆੜ, ਇਹਦੀ ਕੱਲ੍ਹ ਆਪਾਂ ਰੋਣੀ ਕਰ ਦਿੱਤੀ ਆ। ਇਸ ਕਰਕੇ ਨਾ ਰੇਹੜੀ ਇੱਥੇ ਲਿਆਇਆ ਮੈਂ, ਉਹ ਗੋਇਆ ਸਾਹਮਣੇ ਆਪਣਾ ਢੇਰ, ਉਹ ਇੱਧਰ ਦੀ ਪੈਲੀਆਂ ਦੇ ਵਿੱਚੋਂ ਉਹਨੇ ਇੱਥੇ ਲਿਆਇਆ, ਖਾਲੀ ਪਈਆਂ ਸਾਰੀਆਂ ਪੈਲੀਆਂ, ਮੈਂ ਕਿ ਇਹਦੇ ਨਾਲ ਲਿਆਉਂਦੇ ਹਾਂ ਸਿੱਧੇ ਚੱਕੇ ਦੇ ਉੱਤੇ, ਫਿਰ ਉੱਥੋਂ ਦੀ ਘੁਮਾ ਕੇ, ਨਾਲੇ ਉਹ ਤੇਲ ਪਿਆ ਵਾ ਉਹ ਚੱਕ ਲਵਾਂਗੇ, ਅਤੇ ਬਾਕੀ ਅਲੀ ਬਈ ਆ ਗਿਆ, ਅਲੀ ਮੈਨੂੰ ਆਵਾਜ਼ ਮਾਰ ਲਈ, ਮੈਂ ਕਿਹਾ ਇਹ ਭਰੀ ਚੱਕ ਲਈਏ, ਅਤੇ ਭਰੀ ਚੱਕ ਕੇ ਫਿਰ ਜਾ ਕੇ ਭਰੀਆਂ ਭਰੀਆਂ ਪਾਉਂਦਾ ਵਾ, ਫਿਰ ਜਾਂਦੇ ਟੂਬਲ 'ਤੇ ਪਾਣੀ ਪੂਣੀ ਪੀਂਦੇ, ਨਾਲ ਤੁਹਾਨੂੰ ਦਿਖਾਉਂਦੇ ਟੂਬਲ ਚੱਲਣ ਦੇ ਆ। ਆਹ ਵੱਡੇ ਵੇ ਇੱਧਰੋਂ ਮੋਗੇ, ਉਹ ਅਗਲੀ ਨੂੰ ਹੱਥ ਲਾਤਾ ਹੁਣ, ਅਤੇ ਅਲੀ ਬਾਈ ਦਿਆ ਖਾਦ ਖਿਲਾਰਨ, ਖਾਦ ਖਿਲਾਉਣ ਲੱਗਾ ਵਾ, ਅਤੇ ਅੱਬੂ ਇੱਧਰ ਗਏ, ਅੱਬੂ ਉਹ ਸਾਹਮਣੇ ਤੁਰੇ ਫਿਰਦੇ ਆ, ਅਤੇ ਅਲੀ ਬਾਈ ਖਾਦ ਖਿਲਾ ਲੱਗਾ ਵਾ ਉਹਦੀ ਚੂਹੇ ਦੀ, ਦੂਜੇ ਚੂਹੇ ਦੀ ਕਹਿਤਾ ਕੀੜੀ ਦੀ, ਅਤੇ ਮੈਂ ਹੁਣ ਤੇਰਾ ਪੱਠੇ ਪੁੱਠੇ ਪਾ ਲਵਾਂ, ਫਿਰ ਚੱਲਦਾ ਅੱਗੇ, ਪੱਠੇ ਪੁੱਠੇ ਪਾ ਕੇ ਨਾ ਪਾਣੀ ਪੀਂਦੇ ਹਾਂ। ਤੂੜੀ ਅੱਜ ਲਿਜਾਣੀ ਕਿਉਂਕਿ ਤੂੜੀ ਦੀ ਅੱਗੇ ਭਰੀ ਪਈ ਆ, ਅਤੇ ਆਹ ਹੀ ਪੱਠੀ ਲੈ ਜਾਣੀ ਅਤੇ ਕਮਾਦ ਦੀ ਭਰੀ ਲਿਆਉਣੀ, ਅਤੇ ਬਾਕੀ ਅਲੀ ਬਾਈ ਜਿੰਦਰ ਖਾਦ ਖਿਲਾਰਦਾ ਵਾ ਦਵਾਈ, ਇੰਨਾ ਭਾਰੀ ਦਵਾਈ ਆ ਨਾ, ਬਹੁਤ ਜ਼ਿਆਦਾ ਭਾਰ, ਇੱਦਾਂ ਲੱਗਦਾ ਇੱਦਾਂ ਕਿਤੇ ਲੋਹੇ ਦਾ ਸਮਾਨ ਪਾਇਆ ਉਹਦੇ ਵਿੱਚ, ਬਾਕੀ ਹੁਣ ਪੱਠੇ ਪਾ ਲਵਾਂ। ਅਤੇ ਆਹ ਇੱਕ ਭਰੀ ਕਰਨ ਵਾਲੀ ਰਹਿ ਗਈ ਆ, ਇੱਕ ਭਰੀ ਹਾ ਹੋ ਗਈ ਆ, ਅਤੇ ਇੱਕ ਭਰੀ ਉਹ ਪਈ ਆ, ਅਤੇ ਦੂਈ ਕਿੱਧਰ ਗਈ ਆ, ਅਤੇ ਦੂਈ ਉਹ ਇੱਧਰ ਪਈ ਆ, ਉਹ ਬਈ ਸਾਹਮਣੇ, ਅਤੇ ਬਾਕੀ ਆ ਇੱਕ ਭਰੀ ਰਹਿ ਗਈ, ਇਹ ਹੁਣ ਵੱਢ ਕੇ ਭਰੀ ਕਰਦਾ ਵਾਂ, ਅਤੇ ਅਲੀ ਬਾਈ ਆਵਾਜ਼ ਮਾਰਦਾ ਵਾ ਮੈਨੂੰ ਪੱਠੇ ਚੁਕਾ ਕੇ ਨਾ ਲਦਾ ਦੇ, ਅਤੇ ਅਲੀ ਬਾਈ ਦਿਆ ਖਿਲਾਰਨ ਦੂਜੀ ਦਵਾਈ, ਮੈਂ ਕਹਿੰਦਾ ਹੁਣ ਤੱਕ ਪੱਠੇ ਵੱਢ ਲਵਾਂ, ਫਿਰ ਕੰਮ ਨਿਬੜਦਾ ਚੰਗਾ ਹੁੰਦਾ। ਅਲੀ ਦਿਆ ਵੱਢ ਦਿੱਤੀ ਆ, 4 ਭਰੀਆਂ ਪੂਰੀਆਂ ਹੋ ਗਈਆਂ ਵਾ, ਅਤੇ ਦਾਤਰ ਹਾਂ ਰੱਖਤਾ ਵਾ, ਚੋਰ ਬੜੇ ਆ ਸਾਡੇ ਮਰਾਬੇ ਦੇ ਵਿੱਚ, ਹਾਂ ਰੱਖ ਦਿੱਤਾ ਚੱਕ ਕੇ ਲਾਈਵ, ਕੋਈ ਆਪਾਂ ਟੂਲ 'ਤੇ ਚੱਲੇ ਪਾਣੀ ਪੀ ਆਈਏ। 2 ਭਰੀਆਂ ਹੋ ਗਈਆਂ, 2 ਉੱਧਰ ਹੋਈਆਂ ਵਾ, ਅਤੇ ਬਾਕੀ ਹੁਣ ਸਿੱਧੇ ਚੱਲਦਾ ਟੂਲ 'ਤੇ, ਹੜ ਭਰ ਗਈ ਆ, ਮੈਨੂੰ ਛੱਡਿਆ ਵਾ ਹਲੀ ਬਾਈ ਤਾਂ ਬਹੁਤ, ਮੈਂ ਹੁਣ ਜਿਹੜਾ ਪਾਣੀ ਪੀਵਾਂ, ਫਿਰ ਆ ਕੇ ਨਾ ਪੱਠੇ ਲੱਦ ਲਈਏ, ਪੱਠੇ ਨਹੀਂ ਸਹੀ ਹੋ ਗਏ ਹੈਗੇ, ਪਤਾ ਨਹੀਂ ਕੀ ਪਾਣੀ ਟੁੱਟ ਕੇ ਪੈਂਦਾ ਰਿਹਾ ਵਾ, ਪਿੱਛੇ ਜੇ ਪਾਣੀ ਬਹੁਤ ਆਉਂਦਾ ਸੀ ਨਾ, ਖਾ ਲੈਂਦੀ ਵੱਟਾਂ ਟੱਪ ਟੱਪ ਕੇ ਪਾਣੀ ਪੈਂਦਾ ਰਿਹਾ ਇਹਦੇ ਵਿੱਚ, ਜਦੋਂ ਭਰਦੇ ਸੀਗੇ ਉਦੋਂ ਪਾਣੀ ਟੁੱਟ ਕੇ ਹੋਰ ਪੈ ਜਾਂਦਾ ਸੀ, ਬਹੁਤੇ ਡੋਬੇ ਲੱਗ ਜਾਂਦੇ ਸੀਗੇ, ਆ ਇੱਧਰ ਵੀ ਇਹੀ ਹੋਇਆ ਵਾ, ਇੱਧਰ ਘੱਟ ਹੋਇਆ ਅਤੇ ਪੱਠੇ ਇੱਧਰ ਸਹੀ ਥੋੜ੍ਹੇ ਥੋੜ੍ਹੇ ਹੋਏ ਆ। ਜਾ ਕੇ ਪਹਿਲਾਂ ਹੁਣ ਪਾਣੀ ਪੀਵਾਂ, ਪਿਆਸ ਬੜੀ ਲੱਗੀ ਟਕਾ ਕੇ, ਅੱਛੇ ਵਾਲੀ ਪਿਆਸ ਲੱਗੀ ਹੈ।
ਪੀ ਲਿਆ ਵਾ, ਪਾਣੀ ਜ਼ਿਆਦਾ ਪੀ ਲਿਆ ਵਾ, ਪਿਆਸ ਲੱਗੀ ਸੀਗੀ, ਪਾਣੀ ਤਾਂ ਬਹੁਤਾ ਹੀ ਪੀ ਲਿਆ ਵਾ, ਢਿੱਡ 'ਚ ਗੜੋਂ ਗੜੋਂ ਕਰਨ ਲੱਗ ਗਿਆ ਜਾ ਕੇ। ਬਾਕੀ ਆਹ ਬੜਾ ਕੰਮ ਖਰਾਬ ਹੁੰਦਾ ਵਾ। ਫਿਰ ਆ ਕੇ ਆਪਣੇ ਠੱਲ ਆਈ ਮੈਂ, ਫਿਰ ਟੂਆ ਸੋਲ ਕੀਤਾ ਕਰਵਾਇਆ ਬਾਅਦ 'ਚੋਂ। ਆਹ ਠੱਲ ਵਾਲਾ ਕੰਮ ਬੜਾ ਖਰਾਬ ਆ, ਫੱਟੀ ਲਿਆ ਕੇ ਲਾਉਣੀ ਪੈਣੀ ਆ। ਅੱਬੂ ਨੂੰ ਮੈਂ ਕਿਹਾ ਵੀ ਆ, ਅਤੇ ਅੱਬੂ ਕਹਿੰਦੇ ਦੇਖਦੇ ਹਾਂ ਕੀ, ਜਿੱਦਾਂ ਹੁਣ ਗੇੜਾ ਲੱਗਾ ਨਾ ਸ਼ਹਿਰ ਦਾ ਫਿਰ ਲਿਆਵਾਂਗੇ। ਇੱਦਾਂ ਦੀ ਫੱਟੀ ਆਉਣੀ ਜਿੱਦਾਂ ਆਹ ਨਹੀਂ ਲੱਗੀ, ਅਤੇ ਆਪਾਂ ਪਾਲੀ ਸਾਈਡ 'ਤੇ ਲਾਉਣੀ ਹੈ। ਇੱਥੇ ਗੱਲ ਸਾਹਮਣੇ ਵੱਲ ਬਣਾ ਲਈਏ ਪਿਆਰਾ ਜਿਹਾ, ਮਿਲਦੇ ਹਾਂ ਪੱਠੇ ਪੁੱਠੇ ਲੱਦ ਕੇ। ਤਾਲਾ ਲੱਗਾ ਚਾਬੀ ਅੱਬੂ ਹੋਣਾ ਕੋਲ, ਪਤਾ ਨਹੀਂ ਹੁਣ ਅੱਬੂ ਕੋ ਵਾਲੀ ਭਾਈ ਕੋ, ਅਤੇ ਹੁਣ ਪੱਠੇ ਪੁੱਠੇ ਲੱਦ ਕੇ ਮਿਲਦੇ ਹਾਂ। ਬਾਕੀ ਹੁਣ ਦੇਖਦੇ ਹਾਂ, ਪਾਣੀ ਮੈਂ ਲਾਉਂਦਾ ਜੀ ਵਾਲੀ ਭਾਈ। ਵਾਲੀ ਭਾਈ ਤਾਂ ਜਾ ਕੇ ਰੋਟੀ ਖਾਣੀ, ਸਵੇਰ ਦੀ ਰੋਟੀ ਨਹੀਂ ਖਾਧੀ, ਇੱਦਾਂ ਦਹੀਂ ਖਾ ਕੇ ਆ ਗਿਆ ਸੀ। ਮੈਂ ਤਾਂ ਫਿਰ ਗਿਆ ਸੀ ਪਿੰਡ ਨੂੰ, ਮੈਂ ਜਾ ਕੇ ਫਿਰ ਰੋਟੀ ਰੋਟੀ ਖਾ ਕੇ ਆਇਆ ਵਾਂ, ਅਤੇ ਨਾਲੇ ਰੇਹੜੀ ਲੈ ਕੇ ਆਇਆ। ਫਿਰ ਭਰੀ ਰਹਿ ਗਈ ਆ, ਉੱਧਰ ਲਈ ਲੱਦ ਲਏ ਆ, ਅਤੇ ਅਲੀ ਭਾਈ ਲੈ ਕੇ ਜਾਂਦੇ ਆ ਭਰੀ, ਅਤੇ ਸੁੱਟਣ ਲੱਗਾ ਆਹ ਭਰੀ ਸੁੱਟ ਕੇ, ਅਤੇ ਬਾਅਦ 'ਚੋਂ ਵਿਹਲੇ ਹਾਂ ਆਪਾਂ। ਬਾਕੀ ਆ ਵਾਟਰ ਦੇਖੋ, ਸਾਂਝੀ ਵਾਟਰ ਦੇ ਨਾਲ ਖਾਲੀ ਬਣਾਈ ਆ ਇਹਨਾਂ ਨੇ ਆ ਨਾਲ ਦਿਆਂ ਨੇ, ਅਤੇ ਇੱਧਰੋਂ ਵੱਟ ਛਾਂਗ ਛਾਂਗ ਕੇ ਨਾ ਸਾਰੀ ਉੱਧਰ ਰੱਖੀ ਜਾਂਦੇ ਆ, ਅਤੇ ਵੱਟ ਇੱਧਰ ਨੂੰ ਬਰੀਕ ਕਰ ਦਿੱਤੀ ਆ। ਜੇ ਇਹਨਾਂ ਨੂੰ ਕਹੋ ਤਾਂ ਫਿਰ ਇਹ ਕਹਿੰਦੇ ਆ ਵੀ ਵੱਟ ਛਾਂਗੀ ਹੈ ਨਾ ਹੁਣ ਅਸੀਂ। ਆਹ ਵੇਖੋ ਇੱਥੇ ਦਰਖਤ ਆ, ਉੱਥੋਂ ਪਿੱਛੇ ਕਿੱਧਰ ਨੂੰ ਜਾਣਦੇ ਜੀ ਵੱਟ, ਅਤੇ ਉੱਥੋਂ ਅੱਗੇ ਵੇਖੋ ਕਿੱਧਰ ਨੂੰ ਜਾਣਦੇ ਜੀ, ਸਾਰੀ ਇੱਧਰ ਨੂੰ ਜਾ ਕੇ ਇੱਧਰ ਨੂੰ ਸੁੱਟ ਦਿੱਤੀ ਆ। ਬਾਕੀ ਜਿੱਦਾਂ ਆਈਡੀ ਹੈਗੀ ਨਾ ਤੂਤ, ਉਹ ਇੱਦਾਂ ਸੀਗਾ ਆਪਣੀ ਪੈਲੀ ਦੇ ਵਿੱਚ, ਇਹਨਾਂ ਨੇ ਵੱਟ ਛਾਂਗ ਛਾਂਗ ਕੇ ਨਾ ਤੂਤ ਇੱਥੇ ਕਰ ਦਿੱਤਾ, ਅਤੇ ਹੁਣ ਕਹਿੰਦੇ ਸਾਂਝਾ ਤੂਤ। ਕਈ ਵਾਰੀ ਲੜਾਈ ਹੋਈ ਆ ਇਸ ਵੱਟ ਤੋਂ, ਸਾਂਝੀ ਤੋਂ, ਆਹ ਜਿਹੜੀ ਸਾਂਝੀ ਵੱਟ ਆ ਨਾ, ਸਾਂਝੀ ਵੱਟ ਦੇ ਨਾਲ ਖਾਲੀ ਬਣਾਈ ਆ, ਜਦੋਂ ਦਿਲ ਕਰਦਾ ਛਾਂਗ ਦਿੰਦੇ ਆ, ਅਤੇ ਮਿੱਟੀ ਉੱਧਰ ਸੁੱਟ ਦਿੰਦੇ ਸਾਰੀ ਜਾ ਕੇ ਲੱਦ ਦਿੱਤੇ ਆ। ਹਲੇ ਵੀ ਗਿਆ ਜਿਹੜੀ ਦਵਾਈ ਬਚ ਗਈ ਉਹ ਖਿਲਾ ਦੇਣ, ਇਹਨਾਂ ਖਿਲਾਰ ਕੇ ਅਤੇ ਮੈਂ ਚੱਲਦਾ ਘਰ। ਆਹ ਖਾ ਤਾਂ ਇੰਨਾ ਭਾਰਾ ਪੈ ਘਟਾ ਨਾ ਇਹਦਾ, ਮਾਰਚ ਆ ਪਤਾ ਨਹੀਂ ਕਿਹੜਾ ਹੈ, ਇਹਦੇ ਵਿੱਚ ਬੜੇ ਭੈ ਘਟਾ ਉਹ ਬੜਾ ਭਾਰਾ ਯਾਰ ਇਹਨਾਂ ਦਾ। ਆਹ ਪਾਉਂਦੇ ਹਾਂ ਇਹਦਾ ਭਾਰ ਹੀ ਬਹੁਤ ਬੇਤੁਕਾ ਭਾਰ ਆ ਇਹਦਾ। ਆਹ ਆਈਡੀ ਫੋਨ ਲਈ ਜਿਹੀ ਤੂੰ ਇੱਦਾਂ ਦਾ ਉੱਗਿਆ ਹੋਇਆ ਨਾ, ਪਤਾ ਲੱਗੇ ਉੱਗਿਆ ਵਾ ਇਹਦਾ, ਤਾਂ ਬਈ ਭਾਰ ਹੀ ਬਹੁਤ ਆ। ਚੱਲ ਫ੍ਰੀ 'ਚ ਮਸ਼ਹੂਰੀ ਕਰ ਦਿੰਦੇ ਹਾਂ, ਆਪਣਾ ਤਾਂ ਪੈਸੇ ਦੇਣੇ ਉਹਨਾਂ ਨੇ। ਬਾਕੀ ਤੇਲ ਪਾਇਆ ਵਾ ਉਹਦੇ ਵਿੱਚ ਹੈਂ, ਬਾਕੀ ਖਾਲੀ ਹੋ ਗਿਆ, ਦੋ ਹੀ ਪੈਕਟ ਸਿਰਫ, ਕਿੰਨਾ ਭਾਰ ਇਹਨਾਂ ਦਾ। ਚੱਲ ਮੈਂ ਤੇਲ ਪਾਇਆ, ਤੇਲ ਪਾਤਾ ਵਾ, ਅਤੇ ਪਾਣੀ ਫੱਟੀ ਤਾਂ ਨਹੀਂ ਆਉਂਦੇ ਠੀਕ ਆ, ਔਰ ਠੱਲ ਵੀ ਠੀਕ ਆ, ਪਾਣੀ ਹੁਣ ਇਹਨੂੰ ਛੱਡਿਆ ਵਾ, ਅਤੇ ਹੁਣ ਇਹ ਭਰਦੀ ਆ, ਅਤੇ ਫਿਰ ਜਿਹਨੂੰ ਹਲੀ ਭਾਈ ਖਾਦ ਖਿਲਾ ਦਿੰਦੇ ਆ ਨਾ ਦਵਾਈ, ਉਹਨੂੰ ਛੱਡਣਾ ਵਾ। ਆਹ ਦੁਬਾਰ ਤੋਂ ਇਲਾਵਾ ਕਿੱਲਾ ਮਗਰ ਰਹਿ ਜਾਣਾ ਭਰਨ ਵਾਲਾ, ਡੇਢ ਕਿੱਲਾ ਭਰ ਚੱਲਾ ਵਾ, ਅਤੇ ਬਾਕੀ ਹੁਣ ਦੇਖਦੇ ਕੀ ਹਿਸਾਬ ਕਿਤਾਬ ਬੰਦ ਹੋ। ਅੱਬੂ ਪਾਣੀ ਬੰਦ ਕਰਦੇ ਆ, ਪਰਾਂ ਪੈਣ ਦਿਆ ਕਿਸੇ ਹੋਰ ਦੀ ਪੈਲੀ ਗਏ, ਅਤੇ ਬਾਕੀ ਹਲੀ ਭਾਈ ਕਹਿੰਦਾ ਮੈਂ ਖਾ ਖਿਲਾ ਕੇ ਚੱਲ ਜਾਣਾ, ਫਿਰ ਦੇਖ ਲਿਓ ਜਾਂ ਤੂੰ ਪਾਣੀ ਲਾ ਲਾ ਜਾਂ ਅੱਬੂ ਲਾ ਲੈਣਗੇ। ਮੈਂ ਕਿਹਾ ਮੈਂ ਹੀ ਲਾ ਲੂੰਗਾ, ਅਤੇ ਹਲੀ ਭਾਈ ਖਾ ਖਿਲਾ ਕੇ ਚੱਲ ਜਾਂਦਾ ਵਾ, ਅਤੇ ਅੱਬੂ ਵੀ ਚੱਲ ਜਾਂਦੇ, ਆਪਾਂ ਪਾਣੀ ਲਾ ਲੈਂਦੇ ਹਾਂ, ਅਤੇ ਫਿਰ ਹਲੀ ਭਾਈ ਪੱਠੇ ਦੇਖ ਲਾ ਕੁਤਰ ਦੂਗਾ ਜਾਂ ਮੈਂ ਜਾ ਕੇ ਕੁਤਰ ਦੂੰਗਾ।
ਬਾਕੀ ਆਹ ਸਪਰੇਵਾਂ ਪਈਆਂ ਵਾ, ਇਹ ਆ ਜਾਂ ਪਤਾ ਨਹੀਂ ਕੋਈ ਹੋਰ ਆ। ਕੱਲ੍ਹ ਵਾਲੀ ਭਾਈ ਕਰਕੇ ਗਿਆ ਸੀਗਾ, ਆਹ ਸਾਰੇ ਕਮਾਦ ਨੂੰ ਨਾ ਤੋੜ ਤੋੜ ਕਰਾਂ ਤਿਕਰ, ਤਾਂ ਫਿਰ ਅੱਜ ਟੂਲ 'ਚ ਰਹਿ ਨਹੀਂ ਤਾਂ ਕੱਲ੍ਹ ਹੀ ਟੂਲ ਨਾ ਜੋ ਰੋਣੀਆਂ ਕਹਿੰਦੇ ਕੱਲ੍ਹ ਹੀ ਭਰ ਦੇਣਾ ਅਤੇ ਕਮਾਦ ਨੂੰ। ਕਿ ਜਿਹਨੂੰ ਪਾਣੀ ਛੱਡਿਆ ਵਾ ਉਹ ਆਪਣੀ ਦੁਹਾੜ ਨਾ, ਆਹ 25 ਵਾਲੀ 25 ਨੰਬਰ ਵਾਲੀ ਦੁਹਾੜ ਨਾ ਆਪਣੀ ਵਾਹਵੇ ਨੀਵੀਂ ਆ। ਹੁਣ ਖਾਲਾ ਵੇਖੋ ਕਿੰਨਾ ਥੱਲੇ ਕਰਤਾ ਵਾ ਪਾਣੀ, ਅੱਗੇ ਇੱਥੇ ਦੇਖੋ ਠਾਲਣਾ ਕਿੰਨਾ ਚੜਿਆ ਸੀਗਾ, ਫਾਈਸ ਤਿਕਰ ਚੜਿਆ ਸੀ ਪਾਣੀ ਉੱਤੇ ਸੀਗਾ। ਬਾਕੀ ਅਸੀਂ ਤਸੀਸ ਨੇ ਟੂਲ ਚਲਾਇਆ ਵਾ ਉਹਨੇ, ਪਰ ਆਪਣੇ ਨਹੀਂ ਚਲਾਇਆ, ਉਹ ਉਹਨੇ ਚਲਾਇਆ ਕਿਸੇ ਹੋਰ ਬੰਦੇ ਦੇ, ਅਤੇ ਉਹ ਦੋ ਤਿੰਨਾਂ ਬੰਦਿਆਂ ਦੇ ਟੂਲ ਚਲਾਇਆ ਇੱਕੋ ਵਾਰੀ। ਮਤਲਬ ਕਿ ਨਾ ਪਹਿਲਾਂ ਇੱਕ ਬੰਦੇ ਨੇ ਕਿੱਲਾ ਭਰਨਾ ਵਾ, ਉਸ ਤੋਂ ਬਾਅਦ ਇੱਕ ਹੋਰ ਬੰਦੇ ਨੇ, ਉਹਨੇ 2 ਕਿੱਲੇ ਭਰਨੇ, ਉਸ ਤੋਂ ਬਾਅਦ ਇੱਕ ਹੋਰ ਬੰਦਾ ਤੀਜਾ, ਉਹਨੇ ਆਪਣੀ ਦੁਹਾੜ ਭਰਨੀ। ਮਤਲਬ ਤਿੰਨਾਂ ਘਰਾਂ ਦੇ ਟੂਲ ਚਲਾਇਆ ਵਾ, ਅਤੇ ਆਪਾਂ ਤਾਂ ਆਪਣੇ ਚਲਾਇਆ ਵਾ, ਉਹ ਲੋਕਾਂ ਦੇ ਚਲਾਉਂਦਾ ਰਹਿੰਦਾ ਬਹੁਤਾ। ਅਤੇ ਅੱਜ ਹੈ ਵੀ ਮੌਸਮ ਠੰਡਾ ਹੀ ਆ, ਕੱਲ੍ਹ ਗਰਮੀ ਬਹੁਤ ਪੈਣ ਦੇ ਸੀਗੇ, ਮਤਲਬ ਵੀ ਨਾ ਮਾੜੇ ਕੰਮ ਕਰੋ ਤਾਂ ਪਸੀਨਾ ਪਸੀਨੀ ਹੋ ਜਾਂਦਾ ਸੀ। ਅੱਜ ਹਵਾ ਵੀ ਚੱਲਣ ਦਾ ਹੀ ਆ ਅਤੇ ਮੌਸਮ ਵੀ ਬੜਾ ਟਾਈਟ ਜਿਹਾ ਬਣਿਆ ਵਾ, ਨਹਾਉਣ ਨੂੰ ਦਿਲ ਕਰਦਾ ਵਾ। ਜੇ ਮੈਂ ਨਹਾ ਲਿਆ ਤਾਂ ਬਾਈ ਵਲੋਗ ਨਹੀਂ ਬਣਨਾ ਹੈਗਾ, ਕਿਉਂਕਿ ਕੱਪੜੇ ਕੁੱਪੜੇ ਮੇਰੇ ਸਾਰੇ ਗਿੱਲੇ ਹੋ ਜਾਣੇ ਆ, ਅਤੇ ਫਿਰ ਵਲੋਗ ਨਹੀਂ ਬਣਨਾ। ਅਤੇ ਅਲੀ ਬਾਈ ਉਹ ਸਾਹਮਣੇ ਕਾਲ ਕਰਦਾ, ਥੋੜ੍ਹੀ ਜਿਹੀ ਲੜਾਈ ਹੋ ਪਈ ਆਪਣੀ ਅੱਬੂ ਹੋਣੀ ਅਤੇ ਅੱਬੂ ਅਤੇ ਅਲੀ ਬਾਈ ਪਿੰਡ ਚਲੇ ਗਏ ਆ, ਅਤੇ ਪੱਠੇ ਵੀ ਹਜੇ ਇੱਥੇ ਹੀ ਆ ਅਤੇ ਮੈਂ ਟੂਲ 'ਤੇ ਹੀ ਹਾਂ। ਲੜਾਈ ਹੋਈ ਕੱਲ੍ਹ ਦੀ ਆ ਅਤੇ ਅੱਜ ਬੰਦੇ ਸੱਦ ਲਏ ਸੀ ਉਹਨਾਂ ਨੇ, ਅਤੇ ਅੱਬੂ ਕਹਿੰਦੇ ਆ ਜਾਓ ਪਿੰਡ ਜਾ ਕੇ ਗੱਲ ਕਰਦੇ ਹਾਂ। ਪਿੰਡ ਚਲੇ ਗਏ ਹੁਣ ਅੱਬੂ ਹੋਣੀ, ਅੱਬੂ ਕਹਿੰਦੇ ਤੂੰ ਪਾਣੀ ਲਾ, ਅਸੀਂ ਆਪ ਹੀ ਦੇਖ ਲੈਂਦੇ ਹਾਂ। ਅਤੇ ਮੈਂ ਪਾਣੀ ਬੰਨ ਲਵਾਂ, ਹੁਣ ਪਤਾ ਨਹੀਂ ਪਿੰਡ 'ਚ ਕੀ ਸੂਰਤ ਹਾਲ ਬਣੀ ਹੋਣੀ ਆ ਉੱਥੇ। ਮੈਂ ਪਾਣੀ ਬੰਨ ਲਵਾਂ, 2 ਕਨਾਲਾਂ ਭਰ ਗਈ ਹੋਣੀ, ਪਾਲੀ ਨੂੰ ਛੱਡ ਦਿੰਦਾ ਹਾਂ। ਆ ਭਰ ਚੱਲੀ 2 ਕਨਾਲਾਂ, ਅਤੇ ਆਪਣੀ ਰੇਹੜੀ ਵੀ ਹਜੇ ਧੁੱਪੇ ਹੀ ਖੜ੍ਹੀ ਆ, ਰੋਲਿਆਂ ਦੇ ਵਿੱਚ ਨਾ ਇੱਦਾਂ ਦਾ ਕੰਮ ਬੜਾ ਖਰਾਬ ਹੁੰਦਾ ਵਾ। ਇਸ ਤੋਂ ਬਾਅਦ ਇਹਨੂੰ ਛੱਡਣਾ ਵਾ, ਉਸ ਤੋਂ ਬਾਅਦ ਉਹ ਅਗਲੀ ਦੁਹਾੜ ਨੂੰ ਛੱਡਣਾ, ਉਸ ਤੋਂ ਬਾਅਦ ਫਿਰ ਬਸ। ਬਾਕੀ ਪਿੰਡ ਦੀ ਸੂਰਤ ਹਾਲ ਤਾਂ ਸਹੀ ਆ, ਕਿਉਂਕਿ ਜੇ ਕਿਤੇ ਲੜਾਈ ਲੜੂਈ ਹੋਈ ਹੁੰਦੀ ਤਾਂ ਅਲੀ ਭਾਈ ਨੂੰ ਫੋਨ ਮਾਰ ਦੇਣਾ ਸੀ ਮੈਨੂੰ, ਅਤੇ ਆਹ ਭਰਦੀ ਆ ਅਤੇ ਫਿਰ ਮੈਂ ਇਹਨੂੰ ਛੱਡਣਾ ਲਈ, ਇਹਨੂੰ ਇਹ 'ਚ ਵੱਟ ਪਾਈ ਜਾਣ, ਉਸ ਤੋਂ ਬਾਅਦ ਫਿਰ ਆਹ ਭਰਦੇ ਹਾਂ। ਲਾਉਣ ਲੱਗੇ ਆ ਅਤੇ ਮੈਂ ਰੇਹੜੀ ਲੈ ਚੱਲਣਾ, ਅੱਬੂ ਕਹਿੰਦੇ ਜਾ ਕੇ ਪੱਠੇ ਪੁੱਠੇ ਕੁਤਲਾ, ਅਤੇ ਮੈਂ ਪਾਣੀ ਲਾ ਕੇ ਆ ਜਾਂਦਾ ਵਾਂ। ਮੈਂ ਕਿਹਾ ਸੀ ਰੇਹੜੀ ਤੁਸੀਂ ਲਾਇਓ, ਅੱਬੂ ਕਹਿੰਦੇ ਫਿਰ ਪੱਠੇ ਪੁੱਠੇ ਅਤੇ ਮੇਰੇ ਕੋਲ ਗੁੱਤਾ ਨਹੀਂ ਹੋਣੇ, ਤੂੰ ਲਾਇਆ। ਮੈਂ ਕਿਹਾ ਚਲੋ ਠੀਕ ਹੈ, ਫਿਰ ਮੈਂ ਲਾ ਜਾਂਦਾ, ਹੁਣ ਪੱਠੇ ਪੁੱਠੇ ਕੁਤਰ ਕੇ ਮਿਲਦਾ ਵਾਂ। ਬਾਕੀ ਦੁਪਹਿਰੇ ਪੱਠੇ ਪੁੱਠੇ ਕੁਤਰ ਰਹੇ ਸੀਗੇ, ਉਸ ਤੋਂ ਬਾਅਦ ਜਿਹੜਾ ਸਵੇਰ ਦਾ ਰੌਲਾ ਪਿਆ, ਕੱਲ੍ਹ ਦਾ ਪੰਗਾ ਪਿਆ, ਲੜਾਈ ਹੋਈ ਹੈ ਨਾ ਆਪਣੀ, ਉਹ ਮੈਂ ਵਲੋਗ 'ਚ ਨਹੀਂ ਪਾਈ ਸੀਗੀ, ਕੱਲ੍ਹ ਸਵੇਰੇ ਲੜਾਈ ਹੋਈ ਸੀਗੀ ਆਪਣੀ, ਅਤੇ ਉਸ ਤੋਂ ਬਾਅਦ ਨਾ ਮੈਂ ਫਿਰ ਅੱਗੇ ਵਲੋਗ ਨਹੀਂ ਬਣਾਇਆ ਹੈਗਾ। ਮੈਂ ਪੱਠੇ ਪੁੱਠੇ ਕੁਤਰੇ ਆ, ਫਿਰ ਪੰਗਾ ਪੈ ਗਿਆ ਸੀਗਾ ਹੋਰ ਜ਼ਿਆਦਾ, ਅੱਬੂ ਹੋਣੀ ਅੱਗੇ ਕੰਮ ਨਿਬੇੜ ਕੇ ਗਏ ਸੀਗੇ, ਨਹੀਂ ਸੋਦਾ, ਅਤੇ ਫਿਰ ਅੱਬੂ ਮੁਰੱਬੇ ਚਲ ਗਏ ਸੀ ਜਦੋਂ ਮੈਂ ਪਿੰਡ ਆ ਗਿਆ, ਫਿਰ ਕੰਮ ਚੜ ਗਿਆ ਸੀਗਾ, ਅਤੇ ਇਸ ਕਰਕੇ ਨਾ ਅੱਗੇ ਵਲੋਗ ਨਹੀਂ ਬਣਿਆ। ਅਤੇ ਬਾਕੀ ਅੱਜ ਮੇਰਾ ਹੁਣ ਕੋਈ ਇਰਾਦਾ ਨਹੀਂ ਵਲੋਗ ਬਣਾਉਂਦਾ ਅੱਗੇ, ਜਿੱਥੇ ਵਲੋਗ ਦਾ ਕਰਦਾ ਐਂਡ, ਅਤੇ ਲਾਈਕ ਸ਼ੇਅਰ ਸਬਸਕ੍ਰਾਈਬ ਕਰ ਦਿਓ।